ਸੁਭਾਨ ਸਾਹਿਬ ਇਹ ਤਾਂ ਕਮੇਡੀ ਵੀ ਕਰ ਲੈਂਦੇ ਲਾਫਟਰ ਦਾ ਮਾਸਟਰ ਚੱਲ ਜਾਂਦਾ ਤੁਸੀਂ ਪੱਕੇ ਵਿਨਰ ਮੰਨਾਂਗੇ ਅੱਜ ਦੀ ਹੋਰ ਸੁਣਾਓ ਇੱਧਰ ਕਿੱਦਾਂ ਬਸ ਅੱਜ ਕੁੱਤਿਆਂ ਤੇਰੇ ਘਰ ਦਾ ਰਾਹ ਖਾਤਾ ਕੁੱਤਿਆਂ ਨੇ ਲੰਘਣ ਡਿਆ ਹਾਂ ਤੇਰੇ ਘਰ ਅੱਗੋਂ ਤੇ ਉਹ ਪਿੱਛੇ ਪੈ ਗਏ ਵਾਸਤੇ ਤੇਰਾ ਬੂਹਾ ਖੋਲਾ ਹੈ ਮੈਂ ਕਿਹਾ ਚੱਲ ਮਿੰਟੂ ਨੂੰ ਮਿਲ ਚਲੀਏ ਵੈਸੇ ਵੱਢਦੇ ਵੁੱਢਦੇ ਤੇ ਨਹੀਂ ਇਹ ਵੱਢਦੇ ਹੀ ਹੋਰ ਕੁੱਤਿਆਂ ਗਾਣੇ ਥੋੜੀ ਸੁਣਾਉਣੇ ਆ ਗੂਗਲ ਵਿੱਚ ਹੁੰਦੇ ਉਦਾਂ ਹੀ ਨੇਰੇ ਸਵੇਰੇ ਘਰ ਜਾਣਾ ਹੁੰਦਾ ਮੈਂ ਕਿਹਾ ਚੱਲ ਉਹ ਚਲੀਏ ਚੰਗਾ ਹੁੰਦਾ ਬਸ ਪਿੰਡ ਦੇ ਕੰਮ ਕਰੀ ਜਾਣ ਡੇ ਤਗੜੇ ਹੋ ਕੇ ਬਾਕੀ ਪ੍ਰਧਾਨ ਕੋਠੀ ਚੰਗੀ ਬਣਾ ਲਈ ਤੂੰ ਪ੍ਰਧਾਨ ਸਾਹਿਬ ਇੱਦਾਂ ਨਹੀਂ ਬਣਦੀ ਬੜੀਆਂ ਮਿਹਨਤਾਂ ਪੈਸੇ ਇਕੱਠੇ ਕੀਤੇ ਮੈਂ ਤੁਹਾਨੂੰ ਤਾਂ ਪਤਾ ਜੀ ਮੈਂ ਮੇਰੀ ਸੋਚ ਹੈਗੀ ਹੈ ਵੀ ਜਿੱਥੇ ਰਹਿਣਾ ਨਾ ਘਰ ਵਧੀਆ ਹੋਣਾ ਚਾਹੀਦਾ ਜਗ੍ਹਾ ਵਧੀਆ ਹੋਣੀ ਚਾਹੀਦੀ ਬੰਦੇ ਦਾ ਕੀ ਬੰਦਾ ਤਾਂ ਵਧੀਆ ਹੋ ਹੀ ਜਾਂਦਾ ਵੈਸੇ ਮੈਂ ਤਾਂ ਬਣਾ ਲਿਆ ਤੁਸੀਂ ਸੁਣਾਓ ਆਪਣਾ ਘਰ ਬਾਰ ਬਸ ਮੈਂ ਵੀ ਲਾਏ ਸੀ ਮਿਸਤਰੀ ਕਹਿੰਦੇ ਲੇਬਰ ਜ਼ਿਆਦੀ ਦਿਓ ਲੇਬਰ ਜ਼ਿਆਦੀ ਦਿਓ ਮੈਂ ਕਿਹਾ ਕਿਉਂ ਕਹਿੰਦੇ 50 ਰੁਪਏ ਕਿਲੋ ਖੰਡ ਹੋਈ ਆ ਮੈਂ ਕਿਹਾ ਸਾਲਿਓ ਮੈਂ ਸੀਮਿੰਟ ਨਾਲ ਘਰ ਪਲਸਤਰ ਕਰਾਉਣਾ ਖੰਡ ਨਾਲ ਥੋੜ੍ਹੀ ਕਰਾਉਣਾ ਮੈਂ ਪਤਾ ਕਿਉਂ ਪੁੱਛਦੇ ਇੱਦਾਂ ਉਹਨਾਂ ਸ਼ਿਕੰਜਵੀ ਪੀਣੀ ਹੁੰਦੀ ਨਾ ਜਦੋਂ ਮਿਹਨਤ ਕਰਦੇ ਆ ਬਸ ਸਾਨੂੰ ਕੀ ਸ਼ਿਕੰਜਵੀ ਪਿਆਉਣੀ ਆਪਾਂ ਸਮਾਜ ਸੇਵਾ ਦੇ ਕੰਮ ਧੜਾ ਧੜ ਧੜਾ ਧੜ ਤੁਹਾਡੇ ਵੀਰਾਂ ਭਰਾਵਾਂ ਦੇ ਸਾਥ ਨਾਲ ਕਰੀ ਜਾਣ ਡਿਆ ਮੈਂ ਦਾਸਾ ਸਮਾਜ ਸੇਵਾ ਕਰੋ ਆਪਣਾ ਘਰ ਨਾ ਬਣਾਇਓ ਦੀ ਘਰ ਬਣੇ ਨਾ ਬਣੇ ਬਾਬਾ ਆਪਾਂ ਪਿੰਡ 'ਚ ਮੈਟਰੋ ਚਲਾਉਣ ਲੱਗੇ ਮੈਟਰੋ ਉਹ ਲੜ ਜ਼ਮੀਨ ਦੇ ਚਲੋ ਚੱਲਦੀ ਹੈ ਹਾਂ ਮੈਟਰੋ ਆ ਰਹੀ ਪਿੰਡ 'ਚ ਅੱਛਾ ਕਿੱਧਰ ਨੂੰ ਜਾਏਗੀ ਕਿੱਧਰ ਨੂੰ ਜਾਏਗੀ ਇਹ ਤਾਂ ਨਹੀਂ ਪਤਾ ਪਰ ਜਾਏਗੀ ਪਿੰਡੋ ਹੀ ਬੜੇ ਬੜੇ ਵੱਡੇ ਕੰਮ ਸ਼ੁਰੂ ਕਰਨ ਲੱਗਾ ਮੈਂ ਪਿੰਡ 'ਚ ਹੋਰ ਕਿਹੜਾ ਵੱਡਾ ਕੰਮ ਸ਼ੁਰੂ ਕਰ ਲੱਗਾ ਬਹੁਤ ਵੱਡੇ ਏਅਰਪੋਰਟ ਦਾ ਕੰਮ ਲੱਗਾ ਕਰਾਉਣ ਪਿੰਡ ਜਹਾਜ਼ਾਂ ਵਾਲਾ ਅੱਡਾ ਜਹਾਜ਼ਾਂ ਵਾਲਾ ਅੱਡਾ ਹੋਵੇ ਸਾਊਥ ਅਫਰੀਕਾ ਦੇ ਪ੍ਰਧਾਨ ਮੰਤਰੀ ਦੀ ਮਿਸ ਗੱਲ ਲੱਗੀ ਸਵੇਰੇ ਗੱਲ ਹੋਈ ਇਹਦੇ ਨਾਲ ਉਦਘਾਟਨ ਹੋ ਰਿਹਾ 150 ਇੱਟ ਮੈਂ ਸਟਾਰਤੀ ਇੱਕ ਮਜ਼ਦੂਰ ਤੇ ਇੱਕ ਮਿਸਤਰੀ ਲਾਤਾ ਏਅਰਪੋਰਟ ਬਣਿਆ ਲੈ ਅੱਛਾ ਜਹਾਜ਼ ਉਤਰੂ ਇੱਥੇ ਜਹਾਜ਼ ਦਾ ਪਤਾ ਨਹੀਂ ਉਤਰੇ ਕਿ ਨਾ ਉਤਰੇ ਆਪਾਂ ਏਅਰਪੋਰਟ ਬਣਾ ਦੇਣਾ ਆ ਉਹ ਪਾਇਲਟ ਦੀ ਖੁਸ਼ੀ ਤਾਰੇ ਨਾ ਤਾਰੇ ਆਪਾਂ ਸਾਰੇ ਕੰਮ ਆਰੰਭ ਕਰਦੇ ਆ ਇੱਕ ਮਜ਼ਦੂਰ ਇੱਕ ਮਿਸਤਰੀ ਟੋਆ ਪੁੱਟਣ ਤੇ ਲਾਤਾ ਜਦੋਂ ਮੈਟਰੋ ਲੰਘਾਉਣੀ ਆ ਬਣਾਉਣਾ ਏਅਰਪੋਰਟ ਆ ਟੋਏ ਪੁੱਟਣ ਦੇ ਮੈਟਰੋ ਦੇ ਲੱਗੇ ਕੀ ਕਿਹੜੇ ਕੰਮ ਤੇ ਹੋਣੇ ਕਾ ਹੋਵੇਗਾ ਵੀ ਕੰਮ ਕੋਈ ਕਿ ਨਹੀਂ ਤੁਹਾਡੇ ਵੀਰਾਂ ਭਰਾਵਾਂ ਦੇ ਸਾਥ ਨਾਲ ਆਪਾਂ ਸਾਰੇ ਕੰਮ ਆਰੰਭ ਤੇ ਕੋਈ ਨਾ ਕੋਈ ਸਿਰੇ ਚੜੂਗਾ ਹੀ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਵੋਟਾਂ ਦੇ ਖਲੋ ਜਾਓ ਐਤਕੀ ਮੈਂ 20 ਸਾਲ ਪਿੰਡ ਖਲੋਤਾ ਰਿਹਾ ਹੁਣ ਪਤਾ ਲੱਗਾ ਵੀ ਚੋਣਾਂ 'ਚ ਖਲੋਈਦਾ ਹੈ ਚੋਣੇ 'ਚ ਨਾ ਖਲੋਇਓ ਚੋਣੇ 'ਚ ਭੀੜ ਹੁੰਦੀ ਹੈ ਯਾਰ ਸਾਨੂੰ ਭੀੜ ਭੜੱਕੇ ਨਾਲ ਕੀ ਲੈਣਾ ਦੇਣਾ ਇੱਕ ਮਿੰਟ ਫੋਨ ਆ ਗਿਆ ਜੀ ਕੇਜਰੀ ਹੈਲੋ ਹਾਂ ਕੇਜਰੀ ਹਾਂ ਬਿੱਲਾ ਬੋਲਦਾ ਮੇਰਾ ਕੰਮ ਓਏ ਹੌਸਲਾਕਾਰ ਕੇਜਰੀਵਾਲ ਨਾਲ ਗੱਲ ਕਰਨ ਡਿਆ ਮੁੱਖ ਮੰਤਰੀ ਦਿੱਲੀ ਦਾ ਹੈਲੋ ਧਰਨਾ ਦੇਣਾ ਸਵੇਰੇ ਆ ਤੇ ਦਓ ਮੈਂ ਵਹਿੰਦਾ ਫਿਰ ਸਵੇਰੇ ਟੀਵੀ 'ਚ ਉਹ ਮੇਰੇ ਕੋਲ ਨਹੀਂ ਆਇਆ ਜਾਣਾ ਬਾਬਾ ਮੇਰੇ ਮਹੱਲੇ ਦੇ ਕੰਮ ਨੇ ਹਾਂ ਆ ਤੇ ਗੱਲ ਸੁਣੋ ਤੇਰਾ ਨਿੱਕਾ ਭਰਾ ਕੀ ਕਰਦਾ ਸੀਗਾ ਜਿਹੜਾ ਟੈਂਪੂ ਚਲਾਉਂਦਾ ਹੁੰਦਾ ਸੀ ਵਿਹਲਾ ਆ ਉਹਨੂੰ ਭੇਜਦੇ ਸਵੇਰੇ ਮੇਰੇ ਕੋਲ ਫਿਰ ਟੈਂਪੂ ਚਲਾਉਂਦਾ ਨਿੱਕਾ ਭਰਾ ਉਹਨੂੰ ਕੋਈ ਬੁਲਾ ਰਹੇ ਤੇ ਮੈਟਰੋ ਦਾ ਡਰਾਈਵਰ ਨਹੀਂ ਰੱਖਣਾ ਮੈਟਰੋ ਦਾ ਡਰਾਈਵਰ ਟੈਂਪੂ ਚਲਾਉਣ ਵਾਲਾ ਮੈਟਰੋ ਚਲਾ ਲੇਗਾ ਓਏ ਹੈਂਡਲ ਸੰਭਾਲਣ ਦੀ ਗੱਲ ਹੁੰਦੀ ਚਲਾਈ ਚਲੂਈ ਜਾਂਦੀ ਹੈ ਹੋਰ ਭਰਾ ਨੂੰ ਸਾਡੇ ਲਈ ਕੰਮ ਦੱਸ ਤੁਹਾਡੇ ਲਈ ਕੰਮ ਪ੍ਰਧਾਨ ਸਾਹਿਬ ਹੈਗਾ ਕੰਮ ਨੂੰ ਮੇਰਾ ਕਰਾ ਦਿਓ ਇੱਕ ਹੋ ਗਿਆ ਮੈਂ ਕੰਮ ਪਤਾ ਕੀ ਹੈ ਹੋ ਗਿਆ ਸਮਝ ਕੰਮ ਤੇ ਸੁਣ ਲਓ ਪ੍ਰਧਾਨ ਸਾਹਿਬ ਉਹ ਹੋ ਗਿਆ ਯਾਰ 에ਅਰਪੋਰਟ ਤੋਂ ਵੱਡਾ ਤਰੀਦਰਾ ਕੰਮ ਨਹੀਂ ਹੈਗਾ ਤਾਂ ਛੋਟਾ ਹੀ ਆਧਾਰ ਕਾਰਡ ਬਣਾਉਣਾ ਹੈ ਆਧਾਰ ਕਾਰਡ ਹਾਂਜੀ ਅੱਛਾ ਅੱਛਾ ਆਧਾਰ ਕਾਰਡ ਇਹ ਕਿਹੜੀ ਗੱਲ ਆ ਬਣਾ ਹੈਲੋ ਆ ਬਣਾ ਦੀ ਇੱਕ ਮਿੰਟੋ ਹਾਂ ਇੱਕ ਬਣਾ ਦੇ 36 ਬਣਾ ਦੇ 36 ਬਟਾ 32 ਕਹਿਤਾ ਬਣ ਗਿਆ ਸਮਝੇ ਸੱਚੀ ਜੂਸ ਵਾਲੇ ਨੂੰ ਆਖਿਆ ਮੈਂ ਕਿਹਾ ਗਲਾਸ ਜੂਸ ਦਾ ਬਣਾਉਂਦੇ ਮੇਰੇ ਜੀ ਨੂੰ ਕੋ ਹੋਣਿਆ ਆਧਾਰ ਕਾਰਡ ਤੇ ਬਣਦੇ ਰਹਿਣੇ ਨੇ ਤੇ ਉਹ ਬਾਬਾ ਤੇਰਾ ਹੀਰੋ ਨਹੀਂ ਦੇਣ ਦੇ ਅੱਜ ਕੱਲ ਹੀਰੋ ਨਾ ਹੀ ਦੇਖੇ ਚੰਗੀ ਗੱਲ ਉਹਨੇ ਸਾਲ ਨੇ ਵਾਏ ਖਤਮ ਹੋਣਾ ਜਿਹੜੇ ਦੇ ਕੰਮ ਆ ਹਾਂਜੀ ਨਹੀਂ ਬੰਦਾ ਕਹਿ ਮੈਂ ਯਾਰ ਹੈ ਕਹਿਮਾ ਕੀ ਘਰ ਵਾਲੀ ਚਲ ਗਈ ਹੈ ਦੂਜੇ ਨਹੀਂ ਘਰ ਵਾਲੀ ਛੇ ਜਾਣਾ ਪ੍ਰਧਾਨ ਦੀ ਤੇ ਆਪਣੀ ਨਹੀਂ ਮੁੜੀ 6 ਮਹੀਨੇ ਹੋ ਗਏ ਹੈ ਓਏ ਉਹ ਬੁਆ ਗੱਲਾਂ ਹੀ ਆ ਪ੍ਰਧਾਨ ਦੀਆਂ ਚਾ ਠੀ ਓਕੇ ਕਰਦਾ ਮੈਂ ਕੋਹਨਾ ਕੋ ਪ੍ਰਧਾਨ ਸਾਹਿਬ ਕੀ ਕਰ ਰਿਹਾ ਹੈ ਪ੍ਰਧਾਨ ਜੀ ਘਰ ਆਏ ਤੁਸੀਂ ਘਟੋ ਘਟ ਦੱਸ ਹੀ ਦੇ ਪ੍ਰਧਾਨ ਜੀ ਕੀ ਹਾਲ ਦੇ ਸਤਿ ਸ੍ਰੀ ਅਕਾਲ ਹੋਰ ਮੇਰੀ ਗਾਲ ਹੋਰ ਪ੍ਰਧਾਨ ਜੀ ਹੋਰ ਬਰਾ ਕੀ ਹਾਲ ਹੀ ਬਾ ਵਧੀਆ ਓਏ ਤੁਹਾਡੇ ਬਾਰੇ ਗੱਲ ਹੁੰਦੀ ਮੈਂ ਕਿਹਾ ਪ੍ਰਧਾਨ ਜੀ ਕਰ ਦੇਣਗੇ ਕੰਮ ਕੇ ਦੀ ਜਨਾਨੀ ਲਿਉਣੀ ਆ ਜਨਾਨੀ ਲਿਉਣੀ ਆ ਹਾਂ ਆ ਗਈ ਆ ਗਈ ਚਲੋ ਆ ਵਧੀਆ ਆ ਗਈ ਸਮਝ ਸਾਡੇ ਘਰ ਕਿਦਾਂ ਅੱਜ ਆਉਣਾ ਜਾਣੇ ਹੋਏ ਬਸ ਇਦਾਂ ਹੀ ਵਾਕ ਵੀ ਲੱਗਦੇ ਆ ਵਾਕ ਵੀ ਆ ਪ੍ਰਧਾਨ ਨਾਲ ਮੇਰੀ ਤੁਹਾਡੀ ਵੱਡੇ ਬੰਦਿਆਂ ਨਾਲ ਵਾਕ ਵੀ ਰੱਖੀ ਏ ਮੇਰੀ ਵੀ ਹੈਗੀ ਆ ਅਸੀਂ ਮੋੜ ਤੇ ਇਕੱਠੇ ਖਲੋਈਦਾ ਇੱਕ ਦਿਨ ਮੈਂ ਤੇ ਪ੍ਰਧਾਨ ਜੀ ਖਲੋਤੇ ਚਾਰ ਬੰਦੇ ਲੰਘਣ ਦੇ ਉਹ ਕਹਿੰਦੇ ਜੀ ਦਾ ਪ੍ਰਧਾਨ ਆ
ਲੈਟ ਬਾਜੀ ਬੜੀ ਤੇਰੇ ਭਰਾ ਦੀ ਹਾਂ ਜਦੋਂ ਨੇ ਕੰਮ ਕਰਦਾ ਨਾ ਪਤਾ ਨਹੀਂ ਨਾ ਕਿੰਨੇ ਦਿਨ ਜੀਣਾ ਇੱਜ਼ਤ ਕਰਦੇ ਲੋਕ ਇੱਜ਼ਤ ਇੱਜ਼ਤ ਚਲੋ ਲਾ ਲੋ ਤੇਰੀ ਕੋਈ ਫਿਲਮ ਸ਼ਿਲਮ ਆਉਂਦੀ ਨਹੀਂ ਯਾਰ ਗੱਲ ਕਰ ਥੀਏਟਰ ਬਣਾ ਦਈਏ ਪਿੰਡ 'ਚ ਫਿਲਮ ਪ੍ਰਧਾਨ ਜੀ ਬਸ ਲੱਗੇ ਹੋਏ ਆ ਤੁਹਾਡੀ ਥੋੜੀ ਜਿਹੀ ਕਿਰਪਾ ਦੀ ਲੋੜ ਆ ਕਹਿਣਾ ਕਿਸੇ ਨੂੰ ਨਹੀਂ ਕਹਿਣਾ ਤਾਂ ਨਹੀਂ ਆ ਫਿਲਮ ਆਉਂਦੀ ਆ ਤੂੰ ਦਾਦਾ ਜਸ਼ ਨੂੰ ਕਹਿ ਕੇ ਤੇਰਾ ਕੰਮ ਕਰਾ ਦਿੰਦੇ ਜਸ਼ ਤੇ ਖਤਮ ਹੋ ਗਿਆ ਪ੍ਰਧਾਨ ਜੀ ਜਸ਼ ਕਿਹੜਾ ਪ੍ਰਧਾਨ ਜੀ ਜੱਜ ਜੋ ਬੜਾ ਯਾਰ ਉਹ ਪੂਰਾ ਹੋ ਗਿਆ ਪੂਰਾ ਗਿਆ ਚਲ ਕੋਈ ਨਹੀਂ ਹੋਰ ਕੋਈ ਕੰਮ ਦੱਸ ਹੋਰ ਬਸ ਪ੍ਰਧਾਨ ਜੀ ਸਾਡੇ ਬਾਹਰ ਨਾ ਪੁਲੀ ਹੈਗੀ ਆ ਤੇ ਉਹਦੇ ਥੱਲੇ ਡੱਡੂ ਰਹਿੰਦਾ ਤੇ ਮੈਂ ਕਿਹਾ ਡਾਂਗ ਮਾਰੀ ਸਾਲਾ ਗਾਲਾਂ ਕੱਢਦਾ ਕਿਉਂ ਮੈਂ ਕਿਹਾ ਡੱਡੂ ਘਟਾ ਦਿਓ ਸਾਡਾ ਪਰਸੋਂ ਇੱਥੇ ਤਿੰਨ ਬੰਦੇ ਆਉਣੇ ਨੇ ਤੁਹਾਡੇ ਬਾਹਰ ਉਹਨੂੰ ਚਾਹ ਤੁਸੀਂ ਪਿਉਣੀ ਪੁਲ ਦਾ ਉਦਘਾਟਨ ਹੋਣ ਲੱਗਾ ਵੀਰੇ ਪੁਲ ਦਾ ਪੁਲੀਆਂ ਛੱਡ ਦੋ ਬ੍ਰਿਜ ਪੁਲ ਪੁਲ ਉੱਤੇ ਉੱਤੇ ਦੁਨੀਆ ਲੰਘਿਆ ਕਰੇਗੀ ਪਿੰਡ ਦੇ ਪ੍ਰਧਾਨ ਜੀ ਪੰਜ ਪੁਲ ਬਣਾ ਤੇ ਬਸ ਸੜਕਾਂ ਚਾਹ ਹੀ ਨਹੀਂ ਪਿਆਉਣੀ ਚਾਹ ਹੀ ਕਿਉਂ ਪਈ ਹੈ ਚਾਹ ਨਹੀਂ ਚਲੋ ਪਿਆ ਦਾਂਗੇ ਸਮਾਜ ਸੇਵਾ ਵੀਰੇ ਸਮਾਜ ਸੇਵਾ ਨਹੀਂ ਕਰੋ ਨਾ ਫਿਰ ਤੁਸੀਂ ਪ੍ਰਧਾਨ ਜੀ ਪਿਆ ਦਾਂਗੇ ਕੋਈ ਗੱਲ ਨਹੀਂ ਮੈਂ ਭਰਜਾਈ ਨੂੰ ਕਹਿ ਦੂੰਗਾ ਚਾਹ ਪਿਆ ਦਾਂਗੇ ਪੁਲ ਬਣਾਓ ਤੂੰ ਸਾਲਾ ਭਰਜਾਈ ਨੂੰ ਕਹਿ ਦੇਂਗਾ ਉਹ ਘਰ ਦਾ ਮਾਲਕ ਮੈਂ ਆ ਸਾਲਾ ਕਿਰਾਇਆ ਤੇਰੇ ਕੋਲ ਦਿੱਤਾ ਨਹੀਂ ਜਾਂਦਾ ਭਰਜਾਈ ਨੂੰ ਕਹਿੰਗਾ ਚਾਹ ਬਣਾਉਣ ਵਾਸਤੇ ਸਾਡੇ ਘਰ ਲਾਗੋਂ ਦੀ ਬ੍ਰਿਜ ਲੰਘੂ ਨਾ ਪੁਲ ਤੇ ਮਹਾਰਾਜ ਆਪਣੇ ਘਰ ਦੀ ਜਿਹੜੀ ਜ਼ਮੀਨ ਮਹਿੰਗੀ ਹੋ ਜਾਣੀ ਆਪਣਾ ਘਰ ਮਹਿੰਗਾ ਹੋ ਜਾਣਾ ਸਮਝੋ ਕਰ ਲੂ ਹੈ ਪ੍ਰਧਾਨ ਸਾਹਿਬ ਚਾਹ ਬੈਠੋ ਜੀ ਬੈਠੋ ਪ੍ਰਧਾਨ ਜੀ ਮੈਂ ਤੁਹਾਨੂੰ ਵੀ ਚਾਹ ਪਿਆਵਾਂਗਾ ਦੁੱਧ ਪਿਆਵਾਂਗਾ ਮੈਂ ਤੁਸੀਂ ਪੁਲ ਬਣਵਾਓ ਸਾਡੇ ਘਰ ਦੇ ਬਾਹਰ ਬਿਲਕੁਲ ਬਹੁਤ ਚੈਨਲ ਹੈ ਘਰ ਦਾ ਰੇਟ ਵੱਜ ਜਾਣਾ ਹੈਲੋ ਹਾਂਜੀ ਬੱਠੇ ਤੋਂ ਬੱਲਾ ਪ੍ਰਧਾਨ ਬੋਲਦਾ ਜੀ ਹਾਂ ਇੱਕ ਰੇੜਾ ਇੱਟਾਂ ਦਾ ਭੇਜ ਦਿਓ ਜੀ ਆ ਪਿੰਡ ਵਾਲੀ ਪੁਲੀ ਨਹੀਂ ਹੁੰਦੀ ਛੋਟੀ ਜੀ ਪਿੰਡੋਂ ਬਾਹਰ ਉੱਥੇ ਪੁਲ ਲੱਗੇ ਬਣਾਉਣ ਪੁਲ ਉਹ ਪ੍ਰਧਾਨ ਸਾਹਿਬ ਪੁਲ ਤੇ ਬਣਾਉਣ ਲੱਗੇ ਉਹ ਤੇ ਆਪਣਾ ਇੱਕ ਰੇੜਾ ਇੱਟਾਂ ਦਾ ਥੋੜਾ ਨਹੀਂ ਆ ਉਹ ਟੈਨਸ਼ਨ ਨਾ ਲਓ ਹਨੇਰੀ ਪਾ ਦਿਆਂਗੇ ਹਨੇਰੀ ਕੰਮ ਸ਼ੁਰੂ ਹੋਣ ਦੋ ਬਸ ਬਾਅਦ ਚ ਮੰਗਾ ਲੈਣਗੇ ਤੇਰੇ ਘਰ ਦੇ ਥੱਲਿਓਂ ਦੀ ਮਿੰਟੂ ਬਾਹਰ ਟ੍ਰੇਨ ਕੱਢਣੀ ਆ ਨਹੀਂ ਨਹੀਂ ਪ੍ਰਧਾਨ ਸਾਹਿਬ ਮੇਰਾ ਘਰ ਡਿੱਗ ਜਾਣਾ ਯਾਰ ਤੈਨੂੰ ਘਰ ਡਿੱਗਣ ਦੀ ਟੈਨਸ਼ਨ ਪਈ ਘਰ ਨਵਾਂ ਬਣ ਜੂਗਾ ਮੈਟਰੋ ਤੇ ਲੰਘਣ ਦੇ ਤੁਸੀਂ ਆਗੇ ਆਪਣੇ ਬੰਦੇ ਅਸੀਂ ਤੁਹਾਡਾ ਚੰਗਾ ਸੋਚਦੇ ਅਸੀਂ ਤੁਹਾਡੇ ਪੱਕੇ ਵੋਟਰ ਹੈਗੇ ਦੋ ਪੰਜ ਵੋਟਾਂ ਪਾਓ ਪੰਜ ਮੈਂ ਪਾਊਂਗਾ ਚਾਰ ਜਲ ਲਈ ਇੱਕ ਵਧੀਆ ਮੇਰੀ ਗੱਲ ਸੁਣੋ ਵੋਟਾਂ 'ਚ ਖਲੋਣਾ ਨਾ ਜਿਹੜੇ ਵੱਡੇ ਵੱਡੇ ਮੰਤਰੀ ਬਣਦੇ ਪਤਾ ਕਿੱਦਾਂ ਬਣਦੇ ਆ ਪਬਲਿਸਿਟੀ ਪਬਲਿਸਿਟੀ ਵੱਡੀ ਪਬਲਿਸਿਟੀ ਮਤਲਬ ਇੱਥੇ ਪੋਸਟਰ ਟੀਵੀ ਤੇ ਆ ਰਹੇ ਕਮਾਨਾਂ ਆਈਆਂ ਪਈਆਂ ਨੇ ਟੀਵੀ ਤੇ ਆਓ ਹਾਂ ਟੀਵੀ ਤੇ ਹਾਂ ਮੈਂ ਤੁਸੀਂ ਉਹ 에어ਪੋਰਟ ਆ ਜਾਏਗਾ 에어ਪੋਰਟ 에어ਪੋਰਟ ਨਹੀਂ ਆਉਣਾ ਜੀ ਟੀਵੀ ਤੇ ਆਜੂਗਾ ਤੇਰੇ ਜਾਣ ਪਛਾਣ ਹੈਗੀ ਟੀਵੀ ਵਾਲਿਆਂ ਨਾਲ ਕੇਵਲ ਟੀਵੀ ਵਾਲਿਆਂ ਨਾਲ ਹੈਗੀ ਹੈ ਜੀ 에어ਪੋਰਟ ਵਿਖਾਉਣਾ ਉਹਨਾਂ ਵਿੱਚ ਲੋਕਾਂ ਨੂੰ ਵੀ ਕਿਹੜੇ ਕਿਹੜੇ ਪ੍ਰੋਜੈਕਟ ਆ ਜਾਏਗਾ ਆਊਗਾ ਆਊਗਾ ਜੀ ਆਊਗਾ ਆ ਜਾਏਗਾ ਤੇ ਇੱਕ ਗੱਲ ਉਹ ਸਾਊਥ ਅਫਰੀਕਾ ਦਾ ਸਰਪੰਚ ਸਾਊਥ ਅਫਰੀਕਾ ਚ ਸਰਪੰਚ ਹੁੰਦੇ ਉਹ ਨਾਲੇ ਕਾਲਾ ਬੜਾ ਤੇ ਕੈਮਰਾ ਤੁਹਾਨੂੰ ਚਿੱਟਾ ਲਾਉਣਾ ਪੈਣਾ ਉਥੇ ਉਹ ਨਾ ਟੈਨਸ਼ਨ ਲਓ ਪ੍ਰਧਾਨ ਜੀ ਡਾਇਰੈਕਟਰ ਨੂੰ ਕਹਾਂਗੇ ਵਾਈਟ ਫਰੇਮ ਤੋਂ ਕੱਟ ਲੈ ਟੈਚ ਆ ਜਾਏਗਾ ਹੋ ਗਿਆ ਪੋਲ 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 ਆ ਜਾਏਗਾ ਵਿੱਚ ਪੋਲ ਵੱਡਾ ਥੋੜਾ ਜਿਹਾ ਪ੍ਰਧਾਨ ਜੀ ਨੇ ਕਿਹਾ ਯਾਰ ਦੱਸ ਉਹੀ ਗੱਲ ਆ ਗਿਆ ਲੋ ਆ ਚੱਕਿਆ ਗਿਆ ਆ ਗਿਆ ਟੋਏ ਵਾਲੇ ਦੋ ਬੰਦੇ ਟੋਆ ਟੋਏ ਵਾਲੇ ਦੋ ਬੰਦੇ ਇੱਕ ਮਿੰਟ ਇੱਕ ਮਿੰਟ ਚ ਇੱਕ ਮਿੰਟ ਦੀ ਨਹੀਂ ਦਰਅਸਲ ਇੱਕ ਘੰਟਾ ਰੁਕਣਾ ਪੈਣਾ ਉਹ ਰੋਟੀ ਖਾਣ ਗਏ ਨੇ ਨਾ ਰੋਟੀ ਖਾਣ ਕੋਈ ਨਹੀਂ ਮਤਲਬ ਬਾਅਦ ਲੈ ਲਾਂਗੇ ਇੱਕ ਸੀਨ ਉਹਨਾਂ ਦਾ ਖਿਲਾਰ ਕੇ ਦਵਾਂ ਦਾ ਕਈ ਮੋਢੇ ਤੇ ਰਖਾ ਕੇ ਨਾ ਇਹਨੂੰ ਸਾਰੇ ਪਤਾ ਤੇ ਉਹ ਟੈਂਪੂ ਡਰਾਈਵਰ ਟੈਂਪੂ ਡਰਾਈਵਰ ਦੇਖੋ ਤੁਸੀਂ ਪ੍ਰਧਾਨ ਜੀ ਇਲੈਕਸ਼ਨ ਲੜਨੀ ਟੈਂਪੂ ਵਾਲੇ ਦੇ ਵਿੱਚ ਕੀ ਕਰਨ ਲਿਆਉਣਾ ਆਪਾਂ ਜਦੋਂ ਮੈਟਰੋ ਤੋਰਨੀ ਹੈ ਤੇ ਉਹਨੇ ਹੀ ਤੋਰਨੀ ਹੈ ਡਰਾਈਵਰ ਇਹ ਦਿਮਾਗ ਇੰਨੀ ਦਾ ਗੱਪ ਨਾ ਜੀ ਕਹ ਰਹੇ ਆਏਗਾ ਉਹਨੂੰ ਵੀ ਤਾਂ ਸਟੇਰਿੰਗ ਫੜਾ ਕੇ ਇਦਾਂ ਤਾਂ ਦੂਰੋਂ ਸ਼ਾਟ ਲੈ ਐਕਸ਼ਨ ਵੈਸੇ ਪ੍ਰਧਾਨ ਜੀ ਇੱਕ ਗੱਲ ਆ ਪ੍ਰੋਜੈਕਟ ਵਿਖਾਉਣੇ ਨੇ ਇਹ ਪੁਲ ਵੀ ਆ ਜਾਊਗਾ ਉਹ ਵੀ ਟੈਂਪੂ ਵਾਲਾ ਵੀ ਆ ਜਾਊਗਾ 에어ਪੋਰਟ ਵੀ ਆ ਜਾਊਗਾ ਤੁਸੀਂ ਕਿੱਥੇ ਆਣਾ ਸਾਡਾ ਕੀ ਸਮਾਜ ਸੇਵਕ ਬੰਦੇ ਆ ਅਸੀਂ ਆਈਏ ਨਾ ਆਈਏ ਲੋਕਾਂ ਨੂੰ ਪ੍ਰੋਜੈਕਟ ਜ਼ਰੂਰੀ ਵਿਖਾਉਣੇ ਨੇ ਵੋਟਾਂ ਤਾਂ ਬੜੀ ਖਲਾਉਣਾ ਵਾਣਾ ਪਰ ਸਮਝੇ ਕਿਉਂ ਨਹੀਂ ਗੱਲ ਇਹਨਾਂ ਦੀ ਠੀਕ ਆ ਕੰਮ ਨੂੰ ਵੋਟਾਂ ਪੈਣੀਆਂ ਨਾ ਦਿਮਾਗ ਕੀ ਸੋਚ ਇਹਨਾਂ ਨੇ ਥੋੜੀ ਕੰਮ ਕਰਾਇਆ ਜਿਹੜੇ ਉਹਨਾਂ ਨੂੰ ਵੋਟਾਂ ਪੈਂਦੀਆਂ ਹਮੇਸ਼ਾ ਹੀ ਮੱਖਣ ਲਾਈ ਜਾ ਅੰਡਿਆਂ ਯਾਰ ਛੱਡ ਜਾ ਵੇਖ ਕੇ ਆ ਬਾਹਰ ਕੁੱਤੇ ਤੇ ਨਹੀਂ ਬੈਠੇ ਕੁੱਤੇ ਚਲ ਗਏ ਹੋਣੇ ਆ ਇੰਨੀ ਦੇਰ ਤੱਕ ਨਹੀਂ ਬੈਂਦੇ ਹੁੰਦੇ ਉਹਨਾਂ ਨੂੰ ਪੰਜਾਬ ਕੰਮ ਇਹਨੂੰ ਵੇਖ ਕੇ ਦੁਬਾਰਾ ਆਏ ਨੇ ਵੈਸੇ ਵੀ ਹਾਂ ਬਣ ਗਿਆ ਚੱਲ ਠੀਕ ਹੈ ਪੁਲ ਬਣ ਗਿਆ ਪੁਲ ਬਣ ਗਿਆ ਬਣ ਵੀ ਗਿਆ ਨਹੀਂ ਨਹੀਂ ਰੇਟ ਵਾਜਾ ਨਾ ਕਰ ਦਿੰਦੇ ਜੂਸ ਜੂਸ ਅੱਛਾ ਜੂਸ ਵਾਲਾ ਮੰਗਾਓ ਫਿਰ ਜੂਸ ਦਾ ਗਲਾ ਕੀ ਮੰਗਾ ਲਓ ਨਹੀਂ ਕਿੱਥੇ ਹੁਣ ਜਾਵਾਂਗੇ ਜਾ ਕੇ ਲਿਉਣਾ ਪੈਣਾ ਆ ਆ ਚੱਲ ਜਾਂਦਾ ਮੈਂ ਹਾਂ ਤੂੰ ਮੈਂ ਨਾ ਇਹ ਮੈਂ ਕਰਨੀ ਹੈ ਨਹੀਂ ਕਿੱਥੇ ਇਕੱਲਾ ਜੇ ਕੁੱਤੇ ਵੀ ਬੈਠੇ ਬਾਰੇ ਅਰੇ ਕੁੱਤਾ ਬਹੁਤ ਵੱਡਾ ਇਹ ਚੱਲ ਜਾਂਦਾ ਹੁੰਦਾ ਅੱਜ ਕੰਮਾਂ 'ਚ ਸਾਨੂੰ ਜਾਣਦੇ ਨਾਲੇ ਆਉਂਦੇ ਜਾਂਦੇ ਰਹੀਦਾ ਨਾ ਰੋਜ਼ ਲੱਗਦੇ ਇਹਨੂੰ ਨਹੀਂ ਕਹਿੰਦੇ ਕੁੱਤੇ ਥੋੜਾ ਕੁੱਤਾ ਨੂੰ ਪਿਆ ਦੀ ਮੈਂ ਪਿਆ ਦੂੰ ਕੋਈ ਨਹੀਂ ਪ੍ਰਧਾਨ ਸਾਹਿਬ ਇੱਕ ਗਲਾਸ ਮੇਰੇ ਵਾਸਤੇ ਵੀ ਇੱਕ ਦੋ
ਇੱਕ ਪ੍ਰਧਾਨ ਜੀ ਮੇਰੇ ਲਈ ਵੀ ਨਹੀਂ ਨਹੀਂ ਤਿੰਨ ਕਲਾਣੇ ਹੁੰਦੇ ਆ ਤੇਰੇ ਲਈ ਵੀ ਭਾਬੀ ਲਈ ਵੀ ਕਰ ਲੈਣੇ ਨਾ ਉਹ ਘਰੇ ਬੈਠੀ ਕੱਲੀ ਦੋ ਗਲਾਸ ਲੈ ਆਊਗਾ ਦੋ ਲਫਾਫੇ ਚ ਪਾ ਲਿਆ ਹੋਗਾ ਚਾਰ ਹੋ ਗਿਆ ਪ੍ਰਧਾਨ ਜੀ ਤੁਹਾਡੀਆਂ ਗੱਲਾਂ ਜੂਸ ਮਗਾ ਰਹੇ ਹਾਂ ਜੀ ਲੈ ਪੁੱਛਣ ਵਾਲੀ ਗੱਲ ਆ ਪ੍ਰਧਾਨ ਲੈ ਫਿਰ ਜੇ ਦਿੰਦਾ ਤੇ ਪ੍ਰਧਾਨ ਜੀ ਏਟੀਐਮ ਦੇ ਦੋ ਜੂਸਾਂ ਨੂੰ बड़े-बड़े काम कराए ने जी बड़े-बड़े काम कराए ने बस मेहरबानी प्रधान जी साडे भी सारे काम करा दे इदां ही जूस पी लिए पहले ਜਿਸ ਮੁਹੱਲੇ ਦੇ ਵਿੱਚ ਤੁਹਾਡੇ ਵਰਗੇ ਲੋਕ ਹੋਣ ਪ੍ਰਧਾਨ ਦਾ ਕੀ ਬਣੇਗਾ ਮੈਨੂੰ ਸਮਝ ਨਹੀਂ ਆਉਂਦੀ ਪ੍ਰਧਾਨ ਜੀ ਘਟਿਆ ਇਨਸਾਨ ਇਹ ਪ੍ਰਧਾਨ ਹੈ ਨਹੀਂ ਇੱਕ ਮਿੰਟ ਯਾਰ ਛੱਡ ਤੂੰ ਪ੍ਰਧਾਨ ਆ ਮੈਂ ਪ੍ਰਧਾਨ ਜੀ ਬੰਦਾ ਆਇਆ ਨੀ ਜੂਸ ਲੈ ਕੇ टाइम ना कर गया रेहड़ी घर चल गया चाह पानी पी लेने कोई गल नहीं ते तड़े घर आए करो सेवा कोई नहीं जूस नहीं ते चाह पिया दो साडा कादा घर जी अहीं ते किराएदार हैं मालक ते ने मिंटू भरा प्रधान साहब चाह दी कड़ी गल है चाह पिला देने तू ते नहीं पीनी ले आयो एक अद्धा कप मेरे लिए होर फिर हां जी प्रधान जी बहुत चिर वेला रह लिया हुण ना मैं कुछ बनना चाहना प्रधान जी हद है यार चंगा भला बंदर तो बंदा बनया और की बनना ही ओ नहीं नहीं प्रधान जी समझे नहीं मतलब हीरो हीरो बनना चाहना अच्छा अच्छा हीरो बनना चाहना हां जी प्रधान जी एक कमेंट की कर लगे प्रधान जी साइकिल वाले नु फोन कर लगा साइकिल का हीरो बनेगा ओ प्रधान जी हीरो ओ नहीं मतलब मैं टीवी चोना चोना टीवी अच्छा टीवी चोना चोना हां एक कमेंट की कर ले हेलो प्रधान जी तुम मेरी गल नू नहीं समझ रहे मतलब मैं फिल्मा चाहना चाहना वड्डे पर्दे जे टीवी मतलब एक्टिंग करनी चाहना मैं एक्टिंग करनी चाहना हां अच्छा 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 एक मिनट का फोन आ गया मेनू किसी का हेलो हां हो गया वेला चल ठीक है कार उस तरह गर्म कर में आ गया ही ठीक है ओके प्रधान जी लड़ाई लड़ी होगी ताड़ी और नहीं लड़ाई नहीं वीरे शेव करवानी है ना जाके अच्छा अच्छा तो उस तरह गर्म करके ओ थोड़ा हैवी ग्लास हो इंदा ना हैवी जैनिक हां मतलब झूठ ही मरी जांदी मैनू प्रधान जी प्रधान जी आ बैठे चाह लै गया प्रधान जी नवा नहीं नहीं मैं कह बैठे प्रधान जी बैठे खड़ा खड़ा तुम तू समझ प्रधान मैं शर्म करो मैं जनता दरबार लाया तो तुम पुटे सीधी गल करते पे मिंटू भाजी समझो शे भी उस तरह तत्ता करके करा उस तरह तत्ता करके शेव नहीं कुछ और
दो वोटा नहीं है इन्होंने प्रधानगी मेरा कबड़ी का लगना वोटी ताकि बुलावा मैं प्रधान ही बुला दिना मैं प्रधान जी की माया आ गई मिसी तो हाँ जी की होया कि बुलाते पे हो कौन माया उपरा माया थोड़ी आ ये मिंटी आ हूं नंगिया ज्यादा घुट माया मिंटी साला पागल है प्रधान जी आ गए थे मन गया ना प्रधान नु मनना की जी है गए थे प्रधान तेरे थप्पड़ दा ही ता नहीं बुरा कीता के तू ऊपर आया नहीं तो ओनू इथे ब्लेड चल जे नहीं ब्लेड कदलो नहीं 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 ओ थप्पड़ नहीं मैं तो वैसे हाथ इदा ता चुका तन्न लगा थप्पड़ मारया माफ कर दे प्रधान जी तुसी प्रधान है गए हो ते ये बंदा भुलिया पे हेल्प कर दे वोटा नहीं खराब करनी इस घर दे विचों प्रधान जी मेरी गल हो गई वैद नाल वड्डे डॉक्टर नाल ते बाकी माया दी टेंशन लैनी तुसी माया टेंशन आहो जी माया इधर आंदी इधर जांदी माया इधर आंदी इधर जांदी इनू ही पता माया बारे देखो प्रधान जी माया ते खेड हैगी है एक हच थोड़ी रहंदी है कदी किसे हच कदी किसे हच कदी ओ सच कदी ए सच इन्नी थमा दी आंदी माया माया कितने नहीं जानी जी दसो माया ना तो संसार चलन दिया है संसार ही माया ने चलन दिया हाँ जी हाँ जी बाकी प्रधान जी तुसी टेंशन नहीं लेनी ताड़ी वोटी ने मैनू सब कुछ दसता है सारी प्रॉब्लम हल कर देंगा मैं अच्छा मेरी माया ने तेनू सारा कुछ दसता ताड़ी माया ताड़ी वोटी का नाम माया कितने माया माया इत्थे ही है चाह बना के वही देख गई है अच्छा माया इत्थे है चाह भी बना के देगी है हाँ जी कितने हुण कितने है हुणे इत्थे गल्लां करदी पई सी मेरे नाल अंदर अंदर है हाँ माया अंदर है माया अंदर ही आई बुलावा मिनट वोटी ताड़ी बुलावा मैं प्रधान जी बुला दिना मैं प्रधान जी की माया प्रधान जी की माया आ गई मिसी थोड़ी हाँ जी की होया कि बुलाते पे हो कौन माया उपरा माया थोड़ी आ ये मिंटी आ हूं नंगिया ज्यादा घुट माया मिंटी पागल है गोली खानी भुल जाते अमेरिका तो डॉक्टर आ रहे ना टीम रक्षिया से बह गए एक दो दिन उन्होंने उतर जाना एयरपोर्ट से ला शुरू एयरपोर्ट से अच्छा आन रक्षिया से एयरपोर्ट से की करन जाना उन्होंने ਉੱਪਰ ਜਾਈ ਏਅਰਪੋਰਟ ਬਣਵਾਇਆ ਨਾ ਮੈਂ ਪਿੰਡੋਂ ਬਾਹਰ ਮਿਸਤਰੀ ਲੱਗੇ ਨੇ ਤੈਨੂੰ ਨਹੀਂ ਪਤਾ ਨਾ ਏਅਰਪੋਰਟ ਬੰਦੇ ਵੀ ਸਾਡੇ ਪਿੰਡ 'ਚ ਪਿੰਡੋਂ ਘਰੋਂ ਬਾਹਰ ਨਿਕਲੇ ਤੇ ਤੈਨੂੰ ਪਤਾ ਲੱਗੇ ਅੱਛਾ ਉੱਥੇ ਦੇ ਧੜਾ ਧੜ ਮਿਸਤਰੀ ਇੱਕ ਮਜ਼ਦੂਰ ਲੱਗਾ 150 ਇੱਟ ਸਟਾਈ ਨੇਰ ਵੱਜਾ ਪਿਆ ਤੇ ਹੈ ਠੀਕ ਹੈ ਫਿਰ ਪਰਜਾਈ ਚਾਹ ਬੜੀ ਸਵਾਦ ਮਾਰੀ ਇਹਨੂੰ ਟੈਨਸ਼ਨ ਲੈ ਇਹਨੂੰ ਮਾਪੇ ਠੀਕ ਕਰਨ ਨਾਲ ਇੱਕ ਕੱਪ ਚਾਹ ਹੋਰ ਲੈ ਆ ਹਾਂ ਮੈਂ ਦੋ ਲੈ ਕੇ ਆਉਂਗੀ ਉਹਨਾਂ ਨੂੰ ਵੀ ਦੇਣੀ ਹੈ ਨਾ ਚਲੋ ਮੈਂ ਲੈ ਕੇ ਆਨੀ ਤੁਸੀਂ ਗੱਲਾਂ ਕਰੋ ਆਪਣਾ ਮਾਇਆ ਜੀ ਟੈਨਸ਼ਨ ਨਾ ਲਓ ਤੁਸੀਂ ਉਹ ਮੈਂ बड़े ढीठ चपेड़ा खा के भी इतने बैठे जे करके पक्कियां वोटां ने मिट्टी भरजाई करके माफी दी एक मिनट वीर जी इधर आओ
अगला बंदा भुलिया पाया घर वाला भुलन की बीमारी प्रधान समझता पे अपने उतो का मजाक बना रहे वो नहीं भुलिया तुम भुले पाए हो प्रधान हो तुम मिंटू हो दिमाग नहीं खराब क्यों दिमाग खराब है प्रधान है उन्हें अपने घर के अगों की पोल बनाना अपना घर करोड़ों का होना जमीन महंगी होनी है किन्ने दा एक करोड़ रुपये का मिंटो मेरे घर प्रधान जी दस्या ही मैं बिल्ला प्रधान जिंदाबाद बिल्ला प्रधान जिंदाबाद गिल्ला नहीं बिल्ला बिल्ला प्रधान बिल्ला प्रधान जिंदाबाद हेलो केजरीवाल का भरा बिनाथगढ़ तो मैट्रो भजा के लै गई इधर कि बूटिया पट के लै गया जानवर मार देने जानवर भुर्जी एक मिनट फोन हो गया जी हां दोबारा तत्ते कर दे चल ठीक आ गया आ गया की तत्ते कराई जा रहे उस्तरे उस्तरे तत्ते दोबारा शेव नहीं करानी जा गए शेव किन्नी बार शेव करदे दिन च साडे घर आए प्रधान जी बिना प्रधान साडे घर आए बिना सुन तेरी जिम्मेवारी आ इसको कोल खलो के मोरा लवाणी ते मेनू जितवणा आ मेरी की जिम्मेवारी मैं मेरी जिम्मेवारी मैं तीन तीन मोरा लवांगा ओए भूल गया जितना मर्जी तू जितवणा मैं भूल गया तन्नू वोट पाऊंगा प्रधान जी तू बैठो सही गल सुनो बस प्रधान जी बिल्ला प्रधान जिंदाबाद बिल्ला प्रधान बिल्ला प्रधान बिल्ला प्रधान मेट्रो बनवाती मेरा ही घर है ना मेरा ही हां जी कौन है बड़ा कुछ किया तेरा गेटअप किया मेरा सेटअप किया